जी लाश मिली जी सू इंटीमेशन मिली सी भी नहर च एक लाश है जो अभी मौके पर पहुंचे हैं मौके पर पहुंच के इन जी डेड बॉडी आइडेंटिफाई कराया वा वो वारस साढ़े को मौके पर आ गए ने ते जिदा वह भी स्टेटमेंट देंगे जो उन्होंने दसिया असी संबंध में कार्रवाई करा नहीं जी इस यही सारी पड़ताल कर रहे हैं जी ये पड़ताल का हिस्सा है यदा पोस्टमार्टम करावे जो भी वजह होएगी मौत की ਉਦੇ ਮੁਤਾਬਕ ਅਸੀਂ ਕਰ ਜੱਜ ਸਿੰਘ ਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹਾਂਜੀ ਸ਼ਹੀਦ ਸਿੰਘ ਨਗਰ ਦੇ ਰਹਿਣ ਵਾਲੇ ਆ ਬ੍ਰਦਰ ਮੇਰਾ ਇੱਥੇ ਰਹਿੰਦਾ ਰੋਜ਼ ਕਲੋਨੀ ਖਾਲਸਾ ਨਗਰ ਜਿਸ ਨੌਜਵਾਨ ਦੀ ਡੈਡ ਬੋਡੀ ਮਿਲੀ ਹੈ ਕੀ ਨਾਮ ਹੈ ਜੀ ਉਹਦਾ ਸੁਖਮਨ ਸਿੰਘ ਜੀ ਕਾਰਨ ਕੀ ਰਿਹਾ ਜੀ ਕਾਰਨ ਭਾਈ ਸਕੂਲ ਹੀ ਵਾ ਟੌਰਚਰ ਕਰਦੇ ਬੱਚੇ ਨੂੰ ਅੱਗੇ ਵੀ ਇੱਕ ਦੋ ਵਾਰ ਬੱਚੇ ਨੂੰ ਤੰਗ ਜ਼ਿਆਦਾ ਕਰਦੇ ਸੀ ਤੇ ਇਦਾਂ ਹੀ ਪਿਓ ਨੇ ਦਬਕਾ ਮਾਰ ਦੇਣਾ ਵੀ ਕੀ ਗੱਲ ਆ ਤੇ ਦੀਵਾਲੀ ਵਾਲੇ ਦਿਨ ਵੀ ਬੱਚਾ ਇਦਾਂ ਹੀ ਗਿਆ ਵਾ ਪਾਰਟੀ ਤੇ ਗਿਆ ਵਾ एक नाल दो मुंडे होर से उन्होंने मोबाइल लिया कि पता मैडम वेख के उन्हें मोबाइल जो चपा लिया मैडम ने दबके मारे उन्होंने दबके मारे मुंडे ने ज्यादा टॉर्चर किया उन्होंने तो मुंडा बाद उस तो बाद उन्हें कहा वा भी मैं इदा घर दिता डैडी का मुंडा इन्ना डैसा है भी घर ही नहीं आया उतो काम से जाता काम से भी गया वा बाद भरा घर गया वा घर बहर कलोनी उतर गया वा अंदर तू चल मैं आना वा उस तो बाद मुंडा घर नहीं आया है ਬਾਈ ਜੋ ਵੀ ਆਏ ਸਕੂਲ ਦਾ ਆਇਆ ਸਕੂਲ ਦੇ ਐਕਸ਼ਨ ਲੈ ਕੇ ਸਕੂਲ ਬੰਦ ਹੋਣਾ ਚਾਹੀਦਾ ਵਾ ਤਾਂ ਉਸ ਕਹਿ ਰਹੇ ਸੀ ਕੀ ਤੁਹਾਡੇ ਲੋਕੋ ਸਾਡੇ ਵੱਲੋਂ 30 ਤਰੀਕ ਰਾਤ 8 ਵਜੇ ਦਾ ਗਿਆ ਹਿਲਾਬ ਦੇ 10:30 ਵਜੇ ਤੋਂ ਬਾਅਦ ਅਸੀਂ ਲੱਭਣਾ ਚਾਲੂ ਕੀਤਾ ਹੈ ਕਿ ਉਹ ਨਹੀਂ ਮੁੰਡਾ ਆਇਆ ਲਾਗੇ ਚਾਚੇ ਦਾ ਘਰ ਸੀ ਸਾਨੂੰ ਇਹ ਵੀ ਹੋ ਸਾਡਾ ਲਾਗੇ ਚਾਚੇ ਦਾ ਘਰ ਆ ਉੱਧਰ ਗਿਆ ਨਾ ਉਹਨੂੰ ਫੋਨ ਕੀਤਾ ਚਾਚੇ ਨੂੰ ਉਹ ਕਹਿੰਦਾ ਇੱਧਰ ਮੁੰਡਾ ਨਹੀਂ ਆਇਆ ਫਿਰ ਸਾਨੂੰ ਹੱਥਾਂ ਪੈਰਾਂ ਪੈ ਗਏ ਸਾਰਿਆਂ ਨੂੰ ਇੱਕ ਦੂਜੇ ਨੂੰ ਫੋਨ ਕੀਤੇ ਭੈਣ ਭਰਾਵਾਂ ਨੂੰ ਕਿਤੇ ਜਦੋਂ ਨਹੀਂ ਲੱਭਾ ਉਦੋਂ ਅਸੀਂ ਸਾਰੀ ਰਾਤ ਲੱਭਦੇ ਰਹੇ ਹਾਂ ਫਿਰ ਇੱਥੇ ਚੌਂਕੀ ਤੇ ਜਾ ਕੇ ਆਏ 3 ਵਜੇ 3 ਵਜੇ ਇਹਨਾਂ ਦੀ ਆਪਾਂ ਕੰਨੀ ਕੱਢੀ ਗੱਲ ਸਾਰੀ ਇਹਨਾਂ ਦੇ ਕੰਨੀ ਕੱਢੀ ਕਹਿੰਦੇ ਸਵੇਰੇ ਆ ਜਿਓ ਫੋਟੋਆਂ ਲੈ ਕੇ ਅਸੀਂ ਤੁਹਾਡੇ ਕਰਾਂਗੇ ਸਵੇਰੇ 11 ਵਜੇ ਦਾ ਟਾਈਮ ਦਿੱਤਾ 11 ਵਜੇ ਗਏ ਆ ਫਿਰ ਕਹਿੰਦੇ ਤੁਸੀਂ 3 ਵਜੇ ਆਏ ਹੋ ਅਸੀਂ ਲੱਭਦੇ ਰਹੇ 3 ਵਜੇ ਫਿਰ ਅਸੀਂ ਗਏ ਆ 3 ਵਜੇ ਫਿਰ ਅਸੀਂ ਉਸ ਤੋਂ ਬਾਅਦ ਗਏ ਆ ਉਹਨਾਂ ਨੇ ਵੀ ਕੋਈ ਨਹੀਂ ਬਕਾਏ ਰੱਖ ਛੱਡੇ ਆ ਸਰਵ ਇੰਸਪੈਕਟਰ ਆ ਗੁਰਪ੍ਰੀਤ ਸਿੰਘ ਉਹ ਸਾਡੇ ਨਾਲ ਬਿਨਾਂ ਕਹੇ ਤੋਂ ਜਾਂਦਾ ਰਿਹਾ ਆਪਣੇ ਆਪ ਉਹ ਤੁਰਦਾ ਰਿਹਾ ਹੋਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।